18 महीने पहला 1 लाख वापस करना है, तो फिर जेड़ा 2 लाख है वह 30 महीने वापस करना है, तो बिना गारंटी बिना किसी चीज़ के कलैटरल के बिना लोन मिलेगा। टूल्स मिलेंगे वो फ्री सरकार देगी, 15,000 का वाउचर है, 500 रुपया इन्हों का ट्रेनिंग का है, जी बेसिक ट्रेनिंग का 7 दिन 5-7 दिन क्योंकि नए नए टूल्स हूँ चलान का कुछ होर लेना है इन्होंने, वो सरकार देगी उन्हों होर एडवांसड ट्रेनिंग करे, तो 15 दिन की ट्रेनिंग है वो भी 500 रुपया पर डे करके सरकार देन लगी है। तो राज मिस्त्री ने घर बनाते हैं साढ़े, तो कारपेंटर ने लकड़ का काम बहुत करते हैं, सो इस तरह बहुत सुनहरे ने बहुत काम हो रहा, इटा बनाने वाले ने भट्ठियां उत्ते, सो ये जो सपोर्ट मिलती है गवर्नमेंट को इन्हों तक पहुँचती है सपोर्ट, तो फायदा तो होना ही। सर इन्होंने अपने 18 तरह के कार्यक्रम अपने मतलब वो करना है जिद 18 प्रकार के काम है, जिमें लोहार सुनियार हो गई है ना, इन्होंने मतलब इन जे छोटे लैवल से कम करते हैं, इन्होंने जब आपका काम किसी व्डे लैवल से करना होगा तो इन्हों मतलब सरकार वालों जी मदद जाऊगी इन्होंने 2 लाख रुपए की, तो जो 15,000 रुपया इन्होंने समान लैन का खर्चा दिता जाऊगा वो इन्हों बहुत ज़्यादा मदद मिलेगी। ਨਵੇਂ ਭਾਰਤ ਵਿੱਚ ਵਿਸ਼ਵਕਰਮਾ ਦੇ ਹੁਨਰ ਦਾ ਸਨਮਾਨ, ਜੀ ਹਾਂ ਅੱਜ ਮਿਤੀ 17 ਸਤੰਬਰ ਵਿਸ਼ਵਕਰਮਾ ਜਯੰਤੀ, ਅਤੇ ਨਾਲ ਦੇ ਨਾਲ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵੀ ਅੱਜ ਜਨਮ ਦਿਨ ਹੈ, ਅਤੇ ਅੱਜ ਆਪਣੇ ਜਨਮ ਦਿਨ ਦੇ ਮੌਕੇ 'ਤੇ ਨਰਿੰਦਰ ਮੋਦੀ ਲਾਂਚ ਕਰਨ ਜਾ ਰਹੇ ਹੈ PM ਵਿਸ਼ਵਕਰਮਾ ਸਕੀਮ। ਇਸ ਵਿੱਚ ਜਿਹੜੇ ਵੀ ਹੁਨਰਮੰਦ ਲੋਕ ਨੇ, ਜਿੰਨੇ ਵੀ ਹੁਨਰਮੰਦ ਭੈਣ ਭਰਾ ਨੇ, ਉਹਨਾਂ ਨੂੰ 15,000 ਰੁਪਏ ਤੱਕ ਦਾ ਸਟਾਈਪੈਂਡ ਦਿੱਤਾ ਜਾਊਗਾ, ਟੂਲ ਕਿੱਟ ਦਿੱਤੀਆਂ ਜਾਣਗੀਆਂ, ਨਾਲ ਦੇ ਨਾਲ ਉਹਨਾਂ ਨੂੰ ਕੋਲੈਟਰਲ ਫਰੀ 2 ਲੱਖ ਰੁਪਏ ਤੱਕ ਦਾ ਲੋਨ ਦਿੱਤਾ ਜਾਊਗਾ, ਜਿਹੜਾ ਉਹ ਕੁਝ ਮਹੀਨੇ ਵਿੱਚ ਆਸਾਨੀ ਨਾਲ ਵਾਪਸ ਚੁਕਾ ਸਕਦੇ ਆ। ਜੀ ਹਾਂ, ਬਿਨਾਂ ਗਰੰਟੀ ਦੇ 2 ਲੱਖ ਰੁਪਏ ਦਾ ਲੋਨ, ਸੁਣਨ 'ਚ ਥੋੜ੍ਹਾ ਜਿਹਾ ਅਜੀਬ ਲੱਗ ਰਿਹਾ ਹੋਊਗਾ ਪਰ ਇਹ ਸੱਚ ਹੈ, ਕਿਉਂਕਿ ਹੁਣ ਕੇਂਦਰ ਸਰਕਾਰ ਇਹ ਸਕੀਮ ਲੈ ਕੇ ਆਈ ਹੈ। ਅਤੇ ਅੱਜ ਅਸੀਂ ਮੌਜੂਦ ਹਾਂ ਲੁਧਿਆਣਾ ਦੇ ਡਾਕਟਰ ਮਨਮੋਹਨ ਸਿੰਘ ਆਡੀਟੋਰੀਅਮ ਵਿਖੇ, ਜਿੱਥੇ ਖਾਸ ਤੌਰ 'ਤੇ ਮੁੱਖ ਮਹਿਮਾਨ ਆਏ ਹੋਏ ਨੇ, ਗੱਲਬਾਤ ਕਰਾਂਗੇ ਉਹਨਾਂ ਨਾਲ ਅਤੇ ਜਾਣਾਂਗੇ ਕੀ ਹੈ ਇਸ ਸਕੀਮ ਦੇ ਵਿੱਚ। ਸੋ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਡਾਕਟਰ ਮਨਮੋਹਨ ਸਿੰਘ ਆਡੀਟੋਰੀਅਮ 'ਚ ਇਹ PM ਵਿਸ਼ਵਕਰਮਾ ਫੰਕਸ਼ਨ ਹੋਇਆ, ਕੁਝ ਗੱਲਬਾਤ ਕਰਾਂਗੇ PAU ਦੇ ਆਨਰੇਬਲ, ਜੀ ਹਾਂ ਰਿਸਪੈਕਟੇਬਲ ਡਾਕਟਰ ਸਤਬੀਰ ਸਿੰਘ ਗੋਸਲ ਜੀ ਕੋਲ ਮੌਜੂਦ ਨੇ। ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਡਾਕਟਰ ਸਾਹਿਬ ਅੱਜ ਆਡੀਟੋਰੀਅਮ ਦੇ ਵਿੱਚ PM ਵਿਸ਼ਵਕਰਮਾ ਪ੍ਰੋਗਰਾਮ ਹੋਇਆ, ਇਹਦੇ ਨਾਲ ਕੀ ਦੇਖਦੇ ਹੋ, ਕੀ ਇਨਸਾਈਟ ਹੈ ਇਹਦੀ, ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਕਰੋੜਾਂ ਲੋਕ ਨੇ ਆਪਣੇ ਭਾਰਤ ਦੇਸ਼ ਦੇ ਉਹ ਇਹਦਾ ਲਾਭ ਕਿਵੇਂ ਲੈ ਸਕਣਗੇ? ਸੋ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਜਿਹੜੀ ਇਹ ਛੋਟੀ ਛੋਟੀ ਕਲਾ ਹੈਗੀ ਹੈ ਇਹ ਸਾਡੇ ਪੰਜਾਬ ਦੇ ਵਿੱਚ ਵੀ ਬਹੁਤ ਕਾਮਨ ਹੈਗੀ ਹੈ, ਅਤੇ ਰਾਜ ਮਿਸਤਰੀ ਨੇ ਘਰ ਬਣਾਉਂਦੇ ਨੇ ਸਾਡੇ, ਅਤੇ ਕਾਰਪੈਂਟਰ ਨੇ ਉਹ ਲੱਕੜ ਦਾ ਕੰਮ ਬਹੁਤ ਕਰਦੇ ਨੇ, ਸੋ ਇਸ ਤਰ੍ਹਾਂ ਬਹੁਤ ਸੁਨਿਆਰੇ ਨੇ, ਬਹੁਤ ਕੰਮ ਹੋ ਰਿਹਾ ਇੱਟਾਂ ਬਣਾਉਣ ਵਾਲੇ ਨੇ ਭੱਠਿਆਂ ਦੇ ਉੱਤੇ, ਸੋ ਇਹਦੇ ਨਾਲ ਜੇ ਸਪੋਰਟ ਮਿਲਦੀ ਹੈ ਗਵਰਨਮੈਂਟ ਨੂੰ ਇਹਨਾਂ ਤੱਕ ਪਹੁੰਚਦੀ ਹੈ ਉਹ ਸਪੋਰਟ, ਅਤੇ ਫਾਇਦਾ ਤਾਂ ਹੋਣਾ ਹੀ ਹੈ। ਦੋਸਤੋ ਆਪਾਂ ਕਹਿ ਸਕਦੇ ਕੰਮ ਕਰਨ ਦੀ ਨੀਅਤ ਹੋਣੀ ਚਾਹੀਦੀ, ਕੰਮ ਕਰਨਾ ਆਉਣਾ ਚਾਹੀਦਾ, ਆਉਣਾ ਚਾਹੀਦਾ, ਸਰਕਾਰ ਸਾਥ ਦੇਣ ਨੂੰ ਤਿਆਰ, ਬਿਲਕੁਲ ਠੀਕ ਹੈ ਡਾਕਟਰ ਸਾਹਿਬ। ਸੋ ਗੱਲਬਾਤ ਕਰਦੇ ਹਾਂ ਉਹਨਾਂ ਲਾਭਾਰਥੀਆਂ ਦੇ ਨਾਲ, ਉਹਨਾਂ ਮਾਈਆਂ ਭਾਈਆਂ ਬੀਬੀਆਂ ਦੇ ਨਾਲ ਜਿਹੜੇ ਹੁਣ ਕਿੱਤਾ ਮੁਖੀ ਇਹ ਕੰਮ ਕਰਨਾ ਚਾਹੁੰਣਗੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਤੁਹਾਡਾ? ਜਸਵੀਰ ਕੌਰ ਜੀ। ਜਸਵੀਰ ਜੀ, ਅੱਜ ਤੁਹਾਨੂੰ ਇੱਥੇ ਪ੍ਰੋਗਰਾਮ 'ਚ ਆ ਕੇ PM ਵਿਸ਼ਵਕਰਮਾ 'ਚ ਕੀ ਸਮਝ ਕੀ ਆਇਆ? ਸਮਝੇ ਆ ਜਿੰਨਾ ਜਿਹੜੇ ਵੀ ਆਪਣੇ ਇੱਥੇ ਕੰਮ ਕਰਦੇ ਆ ਉਹਨਾਂ ਨੂੰ ਉਹਨਾਂ ਦਾ ਹੁਨਰ ਜਿਹੜਾ ਹੈਗਾ ਗਾ ਵੀ ਉਹਨਾਂ ਨੂੰ ਅੱਗੇ ਵਧਾਉਣ ਵਾਸਤੇ ਉਹਨਾਂ ਨੂੰ ਕਰਜ਼ਾ ਦਿੱਤਾ ਜਾਊਗਾ ਬਿਨਾਂ ਗਰੰਟੀ। ਹਾਂਜੀ, ਕਿੰਨਾ? 2 ਲੱਖ ਰੁਪਏ। ਠੀਕ ਹੈ ਜੀ। ਹਾਂਜੀ, ਅਤੇ ਅੱਗੇ ਉਹਨਾਂ ਨੂੰ ਮਤਲਬ ਕਿ ਸਮਾਨ ਦਿੱਤਾ ਜਾਊਗਾ ਜਿਹੜਾ ਜਿਹੜਾ ਉਹਨਾਂ ਨੇ ਵਰਤਣਾ ਹੋਇਆ। ਹਾਂਜੀ 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 ਹਾਂ। ਇਹਦੇ ਨਾਲ ਤੁਹਾਨੂੰ ਕੀ ਲੱਗਦਾ ਵੀ ਜਿਹੜੇ ਕਿੱਤਾ ਮੁਖੀ ਇਹੋ ਜਿਹੇ ਕੰਮ ਹੁੰਦੇ ਨੇ 15,000 ਰੁਪਏ ਸਮਾਨ ਵਾਸਤੇ ਮਿਲੂਗਾ, 2 ਲੱਖ ਲੋਨ ਵਾਸਤੇ ਮਿਲੂਗਾ, ਉਹ ਤੁਸੀਂ ਆਪਣੇ ਫਿਰ 1-2 ਸਾਲਾਂ 'ਚ ਤਾਰ ਸਕਦੇ ਹੋ ਵਾਪਸ, ਤੁਹਾਨੂੰ ਇਹਦੇ ਨਾਲ ਮਦਦ ਕਿੰਨੀ ਮਿਲੂਗੀ? ਬਹੁਤ ਮਦਦ ਮਿਲੂਗੀ, ਹੌਸਲਾ ਮਿਲੂਗਾ, ਅਤੇ ਅੱਗੇ ਵਾਸਤੇ ਵੀ ਹੋਰ ਵੀ ਇਹਨੂੰ ਦੇਖ ਕੇ ਪ੍ਰੇਰਿਤ ਹੋਣਗੇ। ਠੀਕ ਹੈ, ਧੰਨਵਾਦ ਜੀ। ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਦੀਪ ਕੌਰ ਹੈ ਜੀ। ਹਾਂਜੀ, ਅੱਜ ਤੁਹਾਨੂੰ ਇੱਥੇ ਕੀ ਸਮਝ ਆਇਆ ਪ੍ਰੋਗਰਾਮ ਵਿੱਚ, ਵੀ ਤੁਹਾਡੇ ਵਾਸਤੇ ਕੀ ਫਾਇਦੇ ਸਰਕਾਰ ਲੈ ਕੇ ਆ ਰਹੀ ਹੈ? ਸਰ ਇਹਨਾਂ ਨੇ ਆਪਣੇ 18 ਤਰ੍ਹਾਂ ਦੇ ਕਾਰਜਕਰਮੀਆਂ ਨੂੰ ਆਪਣੇ ਮਤਲਬ ਉਹ ਕਰਨਾ ਹੈਗਾ ਜਿਹਦੇ ਵਿੱਚ 18 ਪ੍ਰਕਾਰ ਦੇ ਕੰਮ ਹੈ, ਜਿਵੇਂ ਲੋਹਾਰ ਸੁਨਿਆਰ ਹੋ ਗਈ ਹੈ ਨਾ, ਇਹਨਾਂ ਲਈ ਮਤਲਬ ਇਹ ਜਿਹੜੇ ਛੋਟੇ ਲੈਵਲ 'ਤੇ ਕੰਮ ਕਰਦੇ ਹੈਗੇ ਆ, ਇਹਨਾਂ ਨੇ ਜੇ ਆਪਦਾ ਕੰਮ ਕਿਸੇ ਵੱਡੇ ਲੈਵਲ 'ਤੇ ਕਰਨਾ ਹੋਊਗਾ ਤਾਂ ਇਹਨਾਂ ਨੂੰ ਮਤਲਬ ਸਰਕਾਰ ਵੱਲੋਂ ਜਿਹੜੀ ਮਦਦ ਦਿੱਤੀ ਜਾਊਗੀ ਇਹਨਾਂ ਲਈ 2 ਲੱਖ ਰੁਪਏ ਦੀ, ਅਤੇ ਜਿਹੜਾ 15,000 ਰੁਪਏ ਉਹਨਾਂ ਨੂੰ ਸਮਾਨ ਲੈਣ ਦਾ ਖਰਚਾ ਦਿੱਤਾ ਜਾਊਗਾ ਉਹਦੇ ਨਾਲ ਇਹਨਾਂ ਨੂੰ ਬਹੁਤ ਜ਼ਿਆਦਾ ਮਦਦ ਮਿਲੂਗੀ, ਅਤੇ ਮੇਰੇ ਹਿਸਾਬ ਨਾਲ ਬਹੁਤ ਵਧੀਆ ਸਕੀਮ ਅੱਜ ਜਿਹੜੀ ਲਾਂਚ ਕੀਤੀ। ਧੰਨਵਾਦ ਜੀ।
ਮੇਰਾ ਨਾਮ ਗਗਨਦੀਪ ਕੌਰ ਹੈ ਜੀ। ਗਗਨ ਜੀ, ਤੁਹਾਨੂੰ ਕੀ ਸਮਝ ਆਇਆ ਇੱਥੇ ਆ ਕੇ? ਇੱਥੇ ਸਰ ਵਿਸ਼ਵਕਰਮਾ ਸਕੀਮ ਆ ਜਿਹੜੀ ਲਾਂਚ ਕੀਤੀ ਗਈ ਹੈ ਉਹਦੇ ਵਿੱਚ ਹੈਗਾ ਜਿਹੜੀਆਂ ਰੁਜ਼ਗਾਰ ਕਿੱਤਾ ਮੁਖੀ ਕਰਦੇ ਹੈਗੇ ਲਾਭਪਾਤਰੀ ਉਹਨਾਂ ਨੂੰ ਇਹਦੇ 'ਚ ਫਾਇਦਾ ਮਿਲੇਗਾ। ਉਹਦੇ 'ਚ ਇਹਨਾਂ ਨੂੰ 2 ਲੱਖ ਰੁਪਏ ਦਾ ਬੈਨੀਫਿਟ ਦਿੱਤਾ ਜਾਊਗਾ। 15,000 ਇਹਦੇ 'ਚ ਰੁਜ਼ਗਾਰ ਵਾਸਤੇ, ਜਿਵੇਂ ਉਹਨਾਂ ਨੇ ਔਜ਼ਾਰ ਲੈਣੇ ਹੈਗੇ ਉਹਦੇ ਵਾਸਤੇ ਕੰਮ ਆਊਗਾ। ਤਾਂ ਜਿਹੜੇ ਵੀ ਲੋਕਾਂ ਨੇ ਪਹਿਲਾਂ ਮੁਦਰਾ ਲੋਨ ਜਾਂ ਕੋਈ ਹੋਰ ਬੈਨੀਫਿਟ ਨਹੀਂ ਲਿਆ ਉਹਨਾਂ ਨੂੰ ਇਹਦੇ 'ਚ ਬੈਨੀਫਿਟ ਮਿਲੇਗਾ। ਠੀਕ ਹੈ ਜੀ। ਅੱਜ ਦਾ ਜਿਹੜਾ ਪੀਐਮ ਵਿਸ਼ਵਕਰਮਾ ਪ੍ਰੋਗਰਾਮ ਰਿਹਾ, ਇਹ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਵਾਸਤੇ ਕਿਵੇਂ ਰਹੂਗਾ, ਇਹਦੀ ਇੰਪਲੀਮੈਂਟੇਸ਼ਨ ਕਿਵੇਂ ਹੋਊਗੀ ਤੇ ਲਾਭਪਾਤਰੀ ਦਾ ਕਿੰਨਾ ਲਾਭ ਲੈ ਸਕਣਗੇ? ਨਹੀਂ, ਇਹ ਤੇ ਅਧਿਕ ਤੋਂ ਅਧਿਕ ਬੰਦੇ ਲਾਭ ਲੈ ਸਕਦੇ ਨੇ, ਕਿਉਂਕਿ 13,000 ਕਰੋੜ ਇਹਦਾ ਆਊਟਲੇ ਹੈ ਤੇ ਜਿਨ੍ਹਾਂ ਦੇ ਹੱਥ 'ਚ ਹੁਨਰ ਹੈ ਉਹ ਆਪਣੇ ਆਪ ਨੂੰ ਦਰਜ ਕਰਨ। 500 ਰੁਪਇਆ ਇਹਨਾਂ ਦਾ ਟ੍ਰੇਨਿੰਗ ਦਾ ਹੈ, ਜਿਹੜੀ ਬੇਸਿਕ ਟ੍ਰੇਨਿੰਗ ਦਾ 7 ਦਿਨ ਲਈ, 5-7 ਦਿਨ ਲਈ, ਕਿਉਂਕਿ ਨਵੇਂ ਨਵੇਂ ਟੂਲਸ ਹੁਣ ਚਲਾਉਣ ਦਾ ਕੁਛ ਹੋਰ ਲੈਣਾ ਇਹਨਾਂ ਨੇ ਉਹਦਾ, ਉਹ ਸਰਕਾਰ ਦੇਗੀ। ਉਹਨੂੰ ਹੋਰ ਐਡਵਾਂਸਡ ਟ੍ਰੇਨਿੰਗ ਕਰਨਗੇ ਅਤੇ 15 ਦਿਨ ਦੀ ਟ੍ਰੇਨਿੰਗ ਹੈ ਉਹਦੇ 'ਚ ਵੀ 500 ਰੁਪਇਆ ਪਰ ਡੇ ਕਰਕੇ ਸਰਕਾਰ ਦੇਣ ਲੱਗੀ ਆ। ਅਤੇ ਪਹਿਲਾਂ 1 ਲੱਖ ਰੁਪਇਆ, ਬਾਅਦ 'ਚ 2 ਲੱਖ ਅਤੇ 3 ਲੱਖ ਤਾਈਂ ਇਹਨਾਂ ਨੂੰ ਲੋਨ ਵੀ ਮਿਲੇਗਾ। ਜਦ 1 ਲੱਖ ਵਾਪਸ ਹੋ ਗਿਆ ਇਹਦਾ ਮਤਲਬ ਕੰਮ ਕੁੰਮ ਕਰ ਰਹੇ ਨੇ, ਕੰਮ ਚੱਲ ਰਿਹਾ, ਅਤੇ ਉਹ 18 ਮਹੀਨੇ 'ਚ ਪਹਿਲਾਂ 1 ਲੱਖ ਵਾਪਸ ਕਰਨਾ ਹੈ ਅਤੇ ਫਿਰ ਜਿਹੜਾ 2 ਲੱਖ ਹੈ ਉਹ 30 ਮਹੀਨੇ 'ਚ ਵਾਪਸ ਕਰਨਾ ਹੈ। ਅਤੇ ਬਿਨਾਂ ਗਾਰੰਟੀ, ਬਿਨਾਂ ਕਿਸੇ ਚੀਜ਼ ਦੇ ਕੋਲੈਟਰਲ ਦੇ ਬਿਨਾਂ ਇਹ ਲੋਨ ਮਿਲੇਗਾ। ਟੂਲਸ ਮਿਲਣਗੇ, ਉਹ ਫ੍ਰੀ ਸਰਕਾਰ ਦੇਗੀ। 15,000 ਦਾ ਵਾਊਚਰ ਹੈ ਔਰ ਟੂਲਸ ਵੀ ਮੇਡ ਇਨ ਇੰਡੀਆ ਮਿਲਣਗੇ ਅਤੇ ਉਹ ਪੂਰਾ ਦਾ ਪੂਰਾ ਵੋਕਲ ਫੋਰ ਲੋਕਲ ਤੇ ਲੋਕਲ ਫੋਰ ਗਲੋਬਲ ਦਾ ਕੰਮ ਕਰਨ ਦਾ ਕੰਮ ਹੈ। ਧੰਨਵਾਦ ਜੀ। ਸੋ ਕਿਤੇ ਨਾ ਕਿਤੇ ਗੱਲਾਂ ਫਿਰ ਉਹੀ ਨੇ ਵੀ ਦੋ ਚੀਜ਼ ਚਾਹੀਦੀਆਂ ਨੇ, ਇੱਕ ਕੰਮ ਕਰਨਾ ਆਉਣਾ ਚਾਹੀਦਾ, ਕੰਮ ਕਰਨ ਦੀ ਨੀਤ ਹੋਣੀ ਚਾਹੀਦੀ ਹੈ। ਜੀ ਹਾਂ, ਜੇ ਤੁਹਾਨੂੰ ਕੰਮ ਕਰਨਾ ਆਉਂਦਾ, ਕੋਈ ਕਿੱਤਾ ਮੁਖੀ ਕੋਰਸ ਕਰਨਾ ਆਉਂਦਾ ਅਤੇ ਕੰਮ ਕਰਨ ਦੀ ਨੀਅਤ ਹੈ ਤਾਂ ਜੀ ਹਾਂ, ਇਹ ਤੁਹਾਡੇ ਵਾਸਤੇ ਹੀ ਹੈ। ਸੋ ਮੀਨਾਕਸ਼ੀ ਲੇਖੀ, ਮਿਨਿਸਟਰ ਆਫ ਸਟੇਟ ਫੰਕਸ਼ਨਲ ਅਫੇਅਰਸ ਐਂਡ ਕਲਚਰ, ਉਹਨਾਂ ਨੇ ਬਕਾਇਦਾ ਕਲੀਅਰ ਕਰ ਦਿੱਤਾ ਕਿ ਦੋ ਚੀਜ਼ਾਂ ਮੁੱਖ ਨੇ ਕਿ ਜੇ ਤੁਹਾਨੂੰ ਕੰਮ ਕਰਨਾ ਆਉਂਦਾ, ਕੰਮ ਕਰਨ ਦੀ ਇੱਛਾ, ਕੰਮ ਕਰਨ ਦੀ ਨੀਅਤ ਹੈ, ਤਾਂ ਤੁਸੀਂ ਸਰਕਾਰ ਦੀ ਇਸ ਸੁਵਿਧਾ ਦਾ ਲਾਭ ਚੰਗੀ ਤਰ੍ਹਾਂ ਲੈ ਸਕਦੇ ਹੋ, ਚਾਹੇ ਜਿਸ ਤਰ੍ਹਾਂ ਮਰਜ਼ੀ ਤੁਸੀਂ ਉਹਨੂੰ ਬਾਅਦ 'ਚ ਪੇਬੈਕ ਕਰ ਸਕਦੇ ਹੋ। ਤਾਂ ਕਿਤੇ ਨਾ ਕਿਤੇ ਇੱਕ ਬਹੁਤ ਹੀ ਵਧੀਆ ਸਰਕਾਰ ਵੱਲੋਂ, ਕੇਂਦਰ ਸਰਕਾਰ ਵੱਲੋਂ ਸੋਹਣੇ ਅਤੇ ਸੁਹਾਗਾ ਲਾਭਾਰਥੀਆਂ ਵਾਸਤੇ ਇੱਕ ਮੌਕਾ ਪ੍ਰਦਾਨ ਕੀਤਾ ਗਿਆ। ਕੈਮਰਾਮੈਨ ਹਰਜੀਤ ਸਿੰਘ ਦੇ ਨਾਲ ਨਵਪ੍ਰੀਤ ਸਿੰਘ ਬੇਦੀ, ਲੁਧਿਆਣਾ ਲਾਈਵ ਨਿਊਜ਼।